पठानकोट के नेहरू नगर मोहल्ले के लोग बिजली की अवरुद्ध सप्लाई को लेकर परेशान हैं। मोहल्ला वासियों का कहना है कि बिजली विभाग द्वारा नया ट्रांसफार्मर लगाया जा रहा है, लेकिन मोहल्ले के ही कुछ घर नया ट्रांसफार्मर लगाने के लिए आनाकानी कर रहे हैं। लोगों ने बताया कि पिछले कई सालों से वे लोग कम वोल्टेज की समस्या से जूझ रहे हैं, जिसके चलते मोहल्ले में नया बिजली का ट्रांसफार्मर लगाया जा रहा है, लेकिन कुछ लोगों की वजह से उनकी ये समस्या दूर होती दिखाई नहीं दे रही है। नेहरू नगर मोहल्ले पर गल कर रहे हैं, सानू सर बिजली की कई सालों का प्रॉब्लम आ रही है, कई बार साढ़े पखे फ्रिज सड़ गए हैं जी। आप वास्ते एप्लीकेशन दी हुई बिजली घर में, उन्होंने ट्रांसफार्मर अप्रूवल किया है नेहरू नगर मोहल्ले वास्ते। अज बंदे जी को लगा लिए दो तीन घर ने अपने परसनल बेनीफिट वास्ते उन्होंने रोकया गया। जान बुझ के रोक अपने परसनल बेनीफिट वास्ते, घर पार्किंग नहीं होनी गड्डिया जी है वो है, उसमें रीजन लैके रोकया गया जी। ਸਾਡੀ ਇਹੋ ਮੰਗ ਹੈ ਕਿ ਸਾਡੇ ਮੁਹੱਲੇ ਵਾਸੀਆਂ ਹੱਲ ਕੀਤਾ ਜਾਏ, ਟ੍ਰਾਂਸਫਰ ਨਵਾਂ ਇੱਥੇ ਲਗਾਇਆ ਜੀ। ਲੋਕੇਸ਼ਨ ਸਾਡੇ ਕੋਲ ਹੈਗੀ ਹੈ, ਇਹ ਪਿੱਛੇ ਸਾਈਡ ਪ੍ਰੋਪਰ ਹੈ, ਕੋਈ ਇੱਥੇ ਓਬਜੈਕਸ਼ਨ ਕਿਸੇ ਨੂੰ ਨਹੀਂ ਹੋਣੀਗਾ। ਸਰਕਾਰੀ ਪ੍ਰੋਪਰਟੀ ਹੈ, ਸਰਕਾਰੀ ਜਗ੍ਹਾ ਪ੍ਰੋਪਰਟੀ ਟ੍ਰਾਂਸਫਰ ਆ ਰਿਹਾ ਠੀਕ ਆ ਰਹੀ ਜੀ। 50 ਸਾਲ ਤੋਂ ਦੇਖ ਕਈਆਂ ਸਾਲਾਂ ਪ੍ਰੋਬਲਮ ਆ ਰਹੀ ਜੀ। ਤੇ ਕੀ ਮੰਗ ਕਰਦੇ ਹੁੰਦੇ ਜੀ ਪ੍ਰਸ਼ਾਸਨ ਤੋਂ? ਸਰ ਅਸੀਂ ਇਹੀ ਮੰਗ ਕਰਦੇ, ਸਾਡਾ ਟ੍ਰਾਂਸਫਾਰਮਰ ਅਪਰੂਵਲ ਹੋ ਚੁੱਕਿਆ, ਉਹਨੂੰ ਲਗਾਇਆ ਜਾਏ ਅਤੇ ਮੁਹੱਲੇ ਵਾਸੀਆਂ ਹੱਲ ਕੀਤਾ ਜਾਏ ਪ੍ਰੋਬਲਮ। ਸਰਕਾਰ ਨੇ ਅਪਰੂਵਲ ਕਰਕੇ ਭੇਜਤੀ ਹੈ, ਉਹ ਲਗਾਉਣਾ ਅਤੇ ਬੰਦਿਆਂ ਨੇ ਜੀ, ਬੰਦੇ ਲਗਾਉਣ ਆਏ, ਉਹਨਾਂ ਰੋਕਿਆ ਗਿਆ ਜਾਣ ਬੁੱਝ ਕੇ ਦੋ ਤਿੰਨ ਘਰਾਂ ਵਾਸਤੇ। ਕੋਈ ਰਾਜਨੀਤਿਕ ਮਤਲਬ ਕਿ ਦਬਦਬਾ ਉਹਨਾਂ ਦੇ? ਕੋਈ ਪੋਲੀਟਿਕਲ, ਕੋਈ ਕੁਛ ਨਹੀਂ, ਪਬਲਿਕ ਦਾ ਕੰਮ ਆ ਜੀ, ਪਬਲਿਕ ਵਾਸਤੇ ਹੈ ਜੀ, ਪਬਲਿਕ ਦੇ ਬੈਨੀਫਿਟ ਵਾਸਤੇ। ਇਸ ਵਾਰਡ ਦੇ ਵਿੱਚ ਆ ਰਹੀ ਹੈਗੀ ਆ। ਮੈਂ ਕ੍ਰਿਸ਼ਨਾ ਰਾਣੀ ਹਾਂ, ਮੈਂ ਇਸ ਗੁਰੂ ਰਵਿਦਾਸ ਮੰਦਰ ਦੀ ਮਾਤਾ ਹੈ। ਹੁਣ ਟ੍ਰਾਂਸਫਾਰਮ ਅਸੀਂ ਸਾਰੇ ਮੁਹੱਲੇ ਵਾਸੀਆਂ ਨੇ ਸਾਰਿਆਂ ਨੇ ਕਹਿ ਕੇ ਪਾਸ ਕਰਾਇਆ। ਹੁਣ ਟ੍ਰਾਂਸਫਾਰਮ ਜਿਹੜਾ ਨਾ ਗੁਰੂ ਰਵਿਦਾਸ ਮੰਦਰ ਵਿੱਚ ਆ ਚੁੱਕਾ ਹੈ। ਹੁਣ ਇਹ ਮੁਹੱਲੇ ਦੀਆਂ ਜਿਹੜੀਆਂ ਦੋ ਤਿੰਨ ਕੋਠੀਆਂ ਨੇ ਇਹ ਸਾਨੂੰ ਰੋਕਦੀਆਂ ਪਈਆਂ ਨੇ, ਇਹ ਕਹਿੰਦੇ ਵੀ ਅਸੀਂ ਇੱਥੇ ਲੱਗਣ ਨਹੀਂ ਦੇ। ਸਾਡੀ ਇਹੋ ਹੀ ਸਮੱਸਿਆ ਵੀ ਸਾਡਾ ਟ੍ਰਾਂਸਫਾਰਮ ਲੱਗਣਾ ਚਾਹੀਦਾ, ਅਤੇ ਸਾਨੂੰ ਇਹੋ ਹੀ ਤੰਗੀ ਹੈ। ਚਾਹ ਜਿਹੜਾ ਤੁਹਾਡਾ ਮੰਦਰ ਹੈਗਾ, ਰਵਿਦਾਸ ਜੀ ਦਾ ਵੀ ਮੰਦਰ ਹੈ, ਅਤੇ ਉਹਨਾਂ ਨੂੰ ਕੋਈ ਓਬਜੈਕਸ਼ਨ, ਉਹਨਾਂ ਦੀ ਕਮੇਟੀ ਨੂੰ ਕੋਈ ਓਬਜੈਕਸ਼ਨ ਹੈਗੀ ਹੈ? ਉਹਨਾਂ ਨੂੰ ਕੋਈ ਓਬਜੈਕਸ਼ਨ ਨਹੀਂ ਹੈ। ਹੁਣ ਇਹ ਸਾਡਾ 100-150 ਘਰ ਹੈ, ਹੁਣ ਇਹ ਦੋ ਦਿਨ ਘਰ ਵਾਸਤੇ ਥੋੜ੍ਹਾ ਹੀ ਛੱਡਦੇ ਹਾਂ। ਅਸੀਂ ਆਪਣੀ ਰਵਿਦਾਸ ਅਸੀਂ ਆਪਣੀ ਕੰਧ ਦੇ ਨਾਲ ਲਾਉਂਦੇ ਪਏ ਹਾਂ, ਇਹਦੇ 'ਚ ਕੋਈ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਹੈ, ਕੋਈ ਕਿਸੇ ਨੂੰ ਤੰਗੀ ਨਹੀਂ ਹੈ। ਸਾਡੇ ਬੱਚਿਆਂ ਦੀ ਇੰਨੀ ਮੁਸ਼ਕਲ ਹੈ, ਚਾਰ ਚਾਰ ਦਿਨ ਸਾਡੇ ਬੱਤੀ ਨਹੀਂ ਆਈ, ਚਾਰ ਚਾਰ ਦਿਨ ਬੱਤੀ ਨਹੀਂ ਆਈ, ਅਤੇ ਕਿਤੇ ਬੱਚੇ ਕਿਤੇ ਗਰਮੀ ਦੇ ਨਾਲ ਕਿਤੇ ਇੰਨੇ ਬੇਹਾਲ ਹੋਏ ਨੇ। ਅਸੀਂ ਬੜੀ ਮੁਸ਼ਕਲ ਕਹਿ ਗਏ ਸਾਰੇ ਮੁਹੱਲੇ ਨੇ, ਅਤੇ ਕਿੱਥੇ ਹੋ ਗਏ ਇਹ, ਇਹਦੇ ਤੋਂ ਇਲੈਕਸ਼ਨ ਤੋਂ ਪਹਿਲੇ ਪਾਸ ਕਰਾਇਆ, ਉਹ ਹੁਣ ਆਇਆ ਹੈ ਅਤੇ ਮੰਦਰ ਦੇ ਵਿੱਚ ਤਾਂ ਹੁਣ ਲੱਗਦੇ ਨਹੀਂ ਪਿਆ। ਨਹੀਂ ਦੇ ਤੋ ਸਮੱਸਿਆ ਤੇ ਕੀ ਕਾਰਨ ਹੈ ਕਿ ਜਿਹੜਾ ਇੱਥੇ ਟ੍ਰਾਂਸਫਾਰਮ ਨਹੀਂ ਲੱਗਿਆ ਜਾ ਰਿਹਾ ਹੈਗਾ? ਸਮੱਸਿਆ ਸਾਡੀ 50 ਸਾਲ ਹੋ ਚੁੱਕੇ ਆ ਸਾਨੂੰ, ਠੀਕ ਹੈ। ਸਮੱਸਿਆ ਸਾਡੀ ਇਹ ਹੈ ਕਿ ਬੱਤੀ ਮਾਰੀ ਜੀ, ਬਾਰਿਸ਼ ਨਹੀਂ ਹੁੰਦੀ ਅਤੇ ਬੱਤੀ ਬੰਦ ਹੋ ਜਾਂਦੀ। ਬੱਤੀ ਬੰਦ ਹੋਣ ਨਾਲ 10-20 ਵਾਰੀ ਅਸੀਂ ਫੋਨ ਕਰਨਾ, ਅਸੀਂ ਬੱਤੀ ਵਾਲਿਆਂ ਨੂੰ ਫੋਨ ਕਰਨਾ ਕਿ ਭਈਆ ਸਾਡੀ ਲਾਈਟ ਨਹੀਂ ਆ ਰਹੀ, ਲਾਈਟ ਠੀਕ ਕਰ ਦਿਓ। ਅਸੀਂ 4-5 ਵਾਰ ਦੀ ਬੱਤੀ ਨੂੰ ਤਿਆਰ ਕਰਦੇ ਹਾਂ। ਦੂਜੀ ਗੱਲ ਆ, ਸਾਡੇ ਬੱਚੇ, ਮੇਰੇ ਬੱਚੇ ਨਹੀਂ ਚਾਹੁੰਦੇ ਕਿ ਸਾਡੇ ਸਾਰੇ 150 ਸਾਡੇ ਘਰ ਆ, ਜਿੰਨੇ ਮਤਲਬ ਕਿ ਸਾਡੇ 150-200 ਘਰ ਆ, ਉਹ ਸਾਨੂੰ ਟ੍ਰਾਂਸਫਾਰਮ ਲਵਾਉਣ ਦੀ ਸਾਨੂੰ ਪਰਮਿਸ਼ਨ ਦਿੱਤੀ ਗਈ ਆ, ਔਰ ਜੋ ਅਸੀਂ ਟ੍ਰਾਂਸਫਾਰਮ ਇੱਥੇ ਲਗਵਾ ਰਹੇ ਹਾਂ ਨਾ, ਉਹ ਸਾਨੂੰ 3 ਕੋਠੀਆਂ ਵਾਲੇ ਨੇ ਲਗਵਾਉਣ ਦੇ ਰਹੇ। ਅਤੇ ਦੇਖੋ ਇਹ 'ਚ ਤੁਸੀਂ ਦੇਖੋ ਕਿ ਆਪਾਂ 150 ਘਰ ਆ, ਅਤੇ ਸਾਨੂੰ 3 ਘਰ ਸਾਨੂੰ ਰੋਕ ਸਕਦੇ ਹਾਂ? ਆਪਣੇ ਅੰਦਰਾਂ ਚ ਬਹਿਣਾ, ਲਾਈਟਾਂ ਆਣੀਆਂ, ਪਰ ਸਾਡੇ ਲੋਕਾਂ ਦਾ ਦੇਖੋ, ਸਾਡੀ ਪਬਲਿਕ ਦੇਖੋ, ਆਪਾਂ ਆਪਣੇ ਆਪਣੀ ਪਬਲਿਕ ਲਈ ਕਰਨ ਡੇ, ਠੀਕ ਆ, ਆਪਣੇ ਆਪਣੇ ਲਈ, ਇਕੱਲਿਆਂ ਲਈ ਨਹੀਂ ਕਰਨ ਡੇ। ਤੇ ਪਰ ਅਸੀਂ ਸੋਚਦੇ ਹਾਂ ਕਿ ਚਲੋ ਜੇ ਸਾਡਾ ਭਲਾ ਤੇ ਸਾਰਿਆਂ ਦਾ ਭਲਾ ਹੋ ਜੇ, ਤੇ ਇਹ 3 ਘਰ ਸਾਨੂੰ ਇਹ ਭਲਾ ਕਰਨ ਨਹੀਂ ਦੇ ਰਹੇ। ਇਹ 3 ਘਰ ਸਾਨੂੰ ਬਾਰ ਬਾਰ ਘਰ ਰੋਕੀ ਜਾ ਰਹੇ ਕਿ ਇੱਥੇ ਇਹ ਟ੍ਰਾਂਸਫਾਰਮ ਨਹੀਂ ਤੁਹਾਡਾ ਲੱਗਣ ਦੇਣਾ, ਇੱਥੇ ਆਪਾਂ ਤੁਹਾਨੂੰ ਕੁਛ ਕਰਨ ਨਹੀਂ ਦੇਣਾ। ਜੋ ਵੀ ਤੁਸੀਂ ਦੇਖੋ, ਜੇ ਇਸ ਰੋਡ 'ਚ ਸਰਕਾਰੀ ਗਲੀ ਹੈ, ਠੀਕ ਹੈ, ਇਹ ਸਰਕਾਰੀ ਆ, ਇਹ ਰੋਡ 'ਚ ਸਾਨੂੰ ਕੋਈ ਰੋਕ ਨਹੀਂ ਸਕਦਾ। ਮੇਨ ਦੂਸਰੀ ਗੱਲ ਹੈ, ਜੇ ਗੱਡੀਆਂ ਲਾ ਸਕਦੇ ਇਸ ਸਾਈਡ 'ਤੇ, ਇਹ ਆਪਣੀ ਮਰਜ਼ੀ ਨਾਲ ਸਾਰਾ ਕੁਛ ਕਰ ਸਕਦੇ। ਜੇ ਆਪਾਂ ਇੱਕ ਟ੍ਰਾਂਸਫਾਰਮ ਲਗਵਾ ਰਹੇ ਤਾਂ ਸਾਨੂੰ ਮਨਾ ਕਿਉਂ ਕਰ ਰਿਹਾ 3 ਘਰ? ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ, ਕੀ ਹੋਣਾ ਚਾਹੀਦਾ? ਪ੍ਰਸ਼ਾਸਨ ਤੋਂ ਇਹੀ ਮੰਗਦਾ ਕਿ ਸਾਡਾ ਟ੍ਰਾਂਸਫਾਰਮ ਇਸੇ ਜਗ੍ਹਾ 'ਤੇ ਇੱਥੇ ਹੀ ਲੱਗਣਾ ਚਾਹੀਦਾ, ਬਸ ਇਹੀ ਮੈਂ। ਅਬ ਆਪਕੇ ਸ਼ਹਿਰ ਪਠਾਨਕੋਟ ਮੇ ਖੁੱਲ ਗਿਆ ਹੈ ਨੌਰਥ ਇੰਡੀਆ ਫਸਟ ਕਰੂਜ਼ ਲਾਈਨ, ਨੌਰਥ ਇੰਡੀਆ ਕਾ ਸਬਸੇ ਪਹਿਲਾ ਔਰ ਇੱਕ ਮਾਤਰ ਕਰੂਜ਼ ਸ਼ਿਪ ਇੰਡਸਟਰੀ ਸੇ ਜੁੜਾ ਟ੍ਰੇਨਿੰਗ ਇੰਸਟੀਚਿਊਟ ਵਿਦ 100% ਪਲੇਸਮੈਂਟ, PCSTI, ਇੰਸਟੀਚਿਊਟ ਆਫ ਹੋਟਲ ਐਂਡ ਕਰੂਜ਼ ਮੈਨੇਜਮੈਂਟ Pathankot. Now get 20% discount on courses with limited seats.
बेहतर व आधुनिक पसंद के लिए याद रखें रागी होम डेकोर, केयर ऑफ रागी डिस्ट्रीब्यूटर्स एंड प्रमोटर्स, वार्ड नंबर 11, नियर नोबेल्टी मॉल, ममून रोड, पठानकोट। कॉन्टेक्ट अस ऑन 9540066113।